ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਐਸ ਡਬਲਯੂ ਸਟੱਡੀ ਫੋਰ ਜੋਬ ਦੇ ਵਿੱਚ। ਤੁਸੀਂ ਰਹੇ ਐਮ ਐਸ ਡਬਲਯੂ ਸਟੱਡੀ ਫੋਰ ਜੋਬ ਪੰਜਾਬ ਦੇ ਵਿੱਚ, ਜਿਹੜੀ ਗੌਰਮੈਂਟ ਜੋਬ ਨਿਕਲ ਚੁੱਕੀ ਦੇਖ ਸਕਦੇ ਹੋ, ਗੌਰਮੈਂਟ ਦੇ ਅੰਡਰ ਹੋਏਗੀ ਜਿਹੜੀ ਵੈਕੈਂਸੀ ਹੋਏਗੀ, ਬਟ ਕੰਟਰੈਕਚੁਅਲ ਬੇਸ ਪੋਸਟ ਹੋਏਗੀ। ਠੀਕ ਹੈ, ਇਸ ਪੋਸਟ ਦੀ ਗੱਲ ਕਰ ਰਹੀਏ, ਲਿਫਟ ਆਪਰੇਟਰ ਦੀ ਪੋਸਟ ਹੈਗੀ। ਦੇਖ ਸਕਦੇ ਦੋ ਹੋਈ ਪੋਸਟਾਂ ਅਲੱਗ ਰੱਖੀਆਂ ਗਈਆਂ ਨੇ, ਜੋ ਕਿ ਸਬ ਡਿਵੀਜ਼ਨਲ ਕੋਰਟ ਦੇ ਵਿੱਚ ਹੋਣਗੀਆਂ, ਸਮਰਾਲਾ ਦੇ ਵਿੱਚ, ਔਰ 3 ਪੋਸਟਾਂ ਹੋਣਗੀਆਂ ਜਿਹੜੀਆਂ ਲਿਫਟ ਆਪਰੇਟਰ ਦੀਆਂ, ਉਹ ਹੋਣਗੀਆਂ ਜੁਡੀਸ਼ੀਅਲ ਕੋਰਟ ਕੰਪਲੈਕਸ ਲੁਧਿਆਣਾ ਦੇ ਵਿੱਚ। ਠੀਕ ਹੈ, ਕੰਟਰੈਕਟ ਬੇਸ ਪੋਸਟ ਹੋਏਗੀ ਔਰ ਫਿਕਸਡ। ਜੇਕਰ ਗੱਲ ਕੀਤੀ ਹੈ ਇਸ ਪੋਸਟ ਲਈ, ਦੇਖ ਸਕਦੇ ਹੋ ਤੁਸੀਂ 12/9/2019 ਦੀ ਲਾਸਟ ਡੇਟ ਹੈਗੀ। ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਲੁਧਿਆਣਾ ਵੱਲੋਂ ਜਿਹੜਾ ਪਬਲਿਕ ਨੋਟਿਸ ਆਊਟ ਕੀਤਾ ਗਿਆ। ਲਗਭਗ ਜਿਹੜੀ ਪੇ ਤੁਹਾਡੀ ਇੱਥੇ 15,000 ਪਲੱਸ ਤੁਹਾਨੂੰ ਮਿਲ ਹੀ ਜਾਏਗੀ। ਔਰ ਇਸ ਪੋਸਟ ਲਈ ਐਕਸਟੈਂਸ਼ਨ ਕੁਆਲੀਫਿਕੇਸ਼ਨ ਦੀ ਗੱਲ ਕੀਤੀ ਹੈ ਵੀ ਤਾਂ 10ਵੀਂ ਪਾਸ ਹੈਗੇ ਔਰ ਵਿਦ ਆਈਟੀਆਈ ਦਾ ਸਰਟੀਫਿਕੇਟ ਇਲੈਕਟ੍ਰੀਸ਼ਨ ਔਰ ਮਕੈਨੀਕਲ ਦੇ ਵਿੱਚ ਹੈ ਤੁਹਾਡੇ ਕੋਲ, ਕਿਸੇ ਵੀ ਮਾਨਤਾ ਪ੍ਰਾਪਤ ਜਿਹੜੇ ਇੰਸਟੀਟਿਊਟ ਤੋਂ ਇਸ ਪੋਸਟ ਨੂੰ ਅਪਲਾਈ ਕਰਦੇ ਹੋ, 2 ਸਾਲ ਦਾ ਐਕਸਪੀਰੀਅੰਸ ਦੇ ਵਿੱਚ ਮੰਗਿਆ ਗਿਆ। ਠੀਕ ਹੈ, ਔਰ ਲਿਫਟ ਆਪਰੇਟਰ ਵਾਸਤੇ ਇਸ ਪੋਸਟ ਨੂੰ ਤੁਸੀਂ ਅਪਲਾਈ ਕੀਤਾ, ਏਜ ਹੋਏਗੀ 18-37 ਯਰ। ਠੀਕ ਹੈ ਜੀ, ਤਾਂ ਇਸ ਪੋਸਟ ਲਈ ਕੈਟਾਗਰੀ ਵਾਈਜ਼ ਵੰਡ ਕੀਤੀ ਗਈ ਹੈ, ਵੀਡੀਓ ਨੂੰ ਪੋਜ਼ ਕਰਕੇ ਤੁਸੀਂ ਦੇਖ ਸਕਦੇ ਹੋ। ਔਰ ਡੇਟ ਆਫ ਵੈਨਿਊ ਇੰਟਰਵਿਊ, ਠੀਕ ਹੈ, ਸਿੱਧੀ ਇੰਟਰਵਿਊ ਹੋਏਗੀ, ਕੋਈ ਇਗਜ਼ਾਮ ਨਹੀਂ ਹੋਏਗਾ, ਕੋਈ ਤੁਹਾਡੀ ਇਸ ਵਿੱਚ ਫੀਸ ਨਹੀਂ ਰੱਖੇਗੀ, ਸਿਰਫ ਤੁਸੀਂ ਇੱਕ ਪਰਫੋਰਮਾ ਭਰਨਾ ਹੈਗਾ, ਇਹਨਾਂ ਦੀ ਵੈਬਸਾਈਟ 'ਤੇ ਮਿਲ ਜਾਏਗਾ। ਔਰ ਉਸ ਪਰਫੋਰਮ ਨੂੰ ਭਰ ਕੇ ਤੁਸੀਂ ਆਪਣੀ ਅਕੈਡਮਿਕ ਕੁਆਲੀਫਿਕੇਸ਼ਨ ਲਾ ਕੇ ਇਹਨਾਂ ਦੇ ਅਫੀਸ਼ੀਅਲ ਐਡਰੈਸ 'ਤੇ ਜਿਹੜਾ ਸੈਂਡ ਕਰ ਦੇਣਾ। ਪਰਫੋਰਮਾ ਇਹ ਵਾਲਾ ਹੈਗਾ, ਤੁਸੀਂ ਦੇਖ ਸਕਦੇ ਹੋ, ਪੂਰਾ ਤੁਹਾਨੂੰ ਦਿਖਾ ਦਿੰਦੇ ਹਾਂ, ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਦਿਖਾ ਦਿੰਦੇ ਹਾਂ, ਇਸ 'ਤੇ ਆ ਕੇ ਪਰਫੋਰਮਾ ਡਾਊਨਲੋਡ ਕਰ ਸਕਦੇ ਹੋ। ਇਹ ਵਾਲੀ ਵੈਬਸਾਈਟ ਹੈਗੀ ਆ, ਇੱਥੇ ਆ ਕੇ ਅਫੀਸ਼ੀਅਲ ਨੋਟੀਫਿਕੇਸ਼ਨ ਜਿਹੜਾ ਖੁਦ ਤੁਸੀਂ ਪੜ੍ਹ ਕੇ ਇਸ ਪੋਸਟ ਨੂੰ ਅਪਲਾਈ ਕਰ ਦੇਣਾ। ਠੀਕ ਹੈ ਜੀ, ਆਲ ਪੰਜਾਬ ਦੇ ਵਿੱਚ ਜਿਹੜੀ ਵੈਕੈਂਸੀ ਹੈਗੀ ਹੈ। ਆ ਸਕੇ ਵੀਡੀਓ ਵਧੀਆ ਲੱਗੇ, ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਮਿਲਦੇ ਹਾਂ ਇੱਕ ਹੋਰ ਨਵਾਂ ਵੀਡੀਓ ਲੈ ਕੇ। ਥੈਂਕ ਯੂ ਸੋ ਮਚ, ਟੇਕ ਕੇਅਰ, ਬਾਏ ਬਾਏ, ਗੁੱਡ ਨਾਈਟ।